गल करिए रस्सा चढ़न की दो सौ किलो दैग प्रेस अस्सी किलो दे बेंच प्रेस दी। ते सब चीजा मैं नहीं थोनों एक शख्स करके दिखाऊंगे। ਤੇ ਉਹਨਾਂ ਦੀ ਉਮਰ ਦਾ ਅੰਦਾਜ਼ਾ ਤੁਸੀਂ ਲਗਾਉਣਾ ਹੈ 5 1952 ਜ ਮੇਰਾ ਜਨਮ ਹੋਇਆ ਤਹਿਸੀਲ ਬਟਾਲਾ ਡਿਸਟ੍ਰਿਕਟ ਅਰਦਾਸਪੁਰ ਅਕਰਪੁਰਾ ਪਿੰਡ 4 ਹੰਡਰ ਦਾ ਅੱਛਾ ਪਲੇਟ ਸੀ ਹਰ ਵਾਰੀ ਮੈਂ ਫਰਸਟ ਆ ਜਾਂਦਾ ਸੀ ਤੇ ਪ੍ਰਿੰਸੀਪਲ ਦੇ ਪੇਸ਼ ਹੁੰਦਾ ਸੀ ਪਰ ਅੱਗੇ ਜਾਣ ਦਾ ਕੋਈ ਚਾਂਸ ਨਹੀਂ ਸੀ ਅੰਡਰ ਮੈਟਿਕ ਵਿੱਚ ਵਿੱਚ ਮੈਂ ਸਿਲੈਕਸ਼ਨ ਕਰਕੇ ਆਰਮੀ ਵਿੱਚ ਫੌਦੇਗੜ ਚੂੜੀਆਂ ਤੋਂ ਪਰਤੀ ਹੋ ਕੇ ਅਮਰਸਰ ਚਲਾ ਗਿਆ ਪਰ ਮੈਂ ਗੇਮ ਨਹੀਂ ਛੱਡੀ ਮੈਂ ਪੰਜਾਬ ਪੁਲਿਸ ਨੂੰ ਕਟੋ-ਕਟ ਬਹੁਤਾ ਨਹੀਂ ਤੇ 105 ਮਾਡਲ ਮੈਂ ਪੰਜਾਬ ਪੁਲਿਸ ਨੂੰ ਲਿਆ ਕੇ ਦਿੱਤੇ ਮੈਂ ਅਮਰੀਕਾ ਜਾਂਦਾ ਸੀ ਅਮਰੀਕਾ ਵੀ ਮੇਰੀ ਅਕੈਡਮੀ ਸੀ ਮੇਰੇ ਬੱਚੇ ਸੀਗੇ ਉੱਥੇ ਵੀ ਉਹਨਾਂ ਨੂੰ ਮੈਂ ਸਿੱਖਿਆ ਇਹੀ ਐਲ ਸਿੱਖਿਆ ਇਹੀ ਦਿੰਦਾ ਸੀ ਤੇ ਜਦੋਂ ਮੈਂ ਇੰਡੀਆ ਆ ਜਾਂਦਾ ਸੀਗਾ ਤੇ ਇੰਡੀਆ ਚ ਇੰਡੀਆ ਜਾਣ ਕੇ ਵੀ ਮੈਂ ਆਪਣੀ ਬਰਿੰਗ ਸਪੋਰਟਸ ਅਕੈਡਮੀ ਜਿਹੜੀ ਆਪਣੀ ਬਰਿੰਗ ਦੀ ਅਕੈਡਮੀ ਆ ਨਾਲ ਜਿਮ ਵੀ ਦਿੱਤਾ ਨਾਲ ਗਰਾਉਂਡ ਵੀ ਦਿੱਤੀ ਵੀ ਤੁਸੀਂ ਜੋ ਵੀ ਤੁਹਾਨੂੰ ਸਹੂਲਤ ਆ ਕੈਸ਼ ਵੱਲੋਂ ਵੀ ਮੈਨੂੰ ਹਰ ਚੀਜ਼ ਵੱਲੋਂ ਮੇਰੀ ਮਦਦ ਕਰਦੇ ਇਥੋਂ ਧਿਕਰ ਕੇ ਮੇਰੀ ਸਾਰੇ ਖਰਚੇ ਵੀ ਜਿਹੜੇ ਬ੍ਰਿੰਕ ਅਕੈਡਮੀ ਜਿਹੜੀ ਆ ਉਹ ਕਰਦੇ ਆ 2011 ਵਿੱਚ ਮੈਂ ਏਸ਼ੀਆ ਚైనా ਵਿੱਚ ਗਿਆ ਜਦੋਂ 4 ਅੰਡਰ 815 ਦੀ ਤਿੰਨਾਂ ਦੀ ਮੇਰੀ ਐਂਟਰੀ ਸੀਗੀ 8 ਅੰਡਰ ਚ ਮੈਂ ਫਰਸਟ 골ਡ ਮੈਡਲ ਪ੍ਰਾਪਤ ਕੀਤਾ ਇਹਨਾਂ ਨੂੰ ਗਰੰਟੀ ਦਿੱਤੀ ਆ ਵੀ ਅਗਰ ਇਹ ਵੀ ਫੀਸ ਬੈਂਕ ਵਿਦੇ ਵਿਆਜ ਨਾ ਵਾਪਸ ਕੀਤੀ ਜਾਏਗੀ ਜੇ ਮੇਰਾ ਬੱਚਾ ਕੋਈ ਫੇਲ ਹੋ ਜਾ ਸਾਡੇ ਨਾਲ ਇੱਕ ਐਸੇ ਸ਼ਖਸ ਮੌਜੂਦ ਨੇ ਜਿਨ੍ਹਾਂ ਨੇ ਉਮਰਾਂ ਦੇ ਬੰਨ ਨੂੰ ਹੀ ਖਤਮ ਕਰ ਦਿੱਤਾ ਹੈ ਨਾਮ ਹੈ ਕੁਲਵੰਤ ਸਿੰਘ ਪੰਨੂ ਉਮਰ 68 ਸਾਲ ਪਰ ਕਾਰਨਾਮੇ ਐਸੇ ਨੇ ਜੋ ਕਿ ਨੌਜਵਾਨਾਂ ਨੂੰ ਵੀ ਮਾਤ ਪਾਉਂਦੇ ਨੇ ਫਿਟ ਤੋਂ ਫਿਟ ਨੌਜਵਾਨ ਜੋ ਚੀਜ਼ ਨਹੀਂ ਕਰ ਪਾਉਂਦਾ ਜਾਂ ਫਿਰ ਗੱਲ ਕਰੀਏ ਅਸੀਂ ਆਪਣੀ ਫਿਟਨੈਸ ਨੂੰ ਲੈ ਕੇ ਬੈਂਚ ਪ੍ਰੈਸ ਦੀ ਲੈਗ ਪ੍ਰੈਸ ਦੀ ਐਥਲੈਟਿਸਿਜ਼ਮ ਦੀ ਉਹ ਸਭ ਚੀਜ਼ਾਂ ਦੇ ਵਿੱਚ ਅੱਜ ਵੀ ਇਹਨੇ ਮਾਹਰ ਨੇ ਕਿ ਚੈਲੰਜ ਬਣਾ ਕੇ ਰੱਖਿਆ ਹੋਇਆ ਹੈ ਲੋਕਾਂ ਲਈ ਕਿ ਜਿਹੜਾ ਵੀ ਮੈਨੂੰ ਮੇਰੀ ਏਜ ਦੇ ਵਿੱਚ ਆ ਕੇ ਚੈਲੰਜ ਕਰੇ ਤੇ ਮੈਨੂੰ ਹਰਾ ਦੇਵੇ ਉਸ ਨੂੰ ਉਸੇ ਵਕਤ ਕੈਸ਼ ਪ੍ਰਾਈਜ਼ ਦਿੱਤਾ ਜਾਏਗਾ ਸਾਡੇ ਨਾਲ ਮੌਜੂਦ ਨੇ ਕੁਲਵੰਤ ਸਿੰਘ ਪੰਨੂ ਜੀ ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਦੈਨਿਕ ਸਵੇਰਾ ਟੀਵੀ ਦੇ ਉੱਤੇ ਥੈਂਕ ਯੂ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਤੁਸੀਂ ਕਿਸ ਤਰੀਕੇ ਕੀਤੀ ਕਿਸ ਤਰੀਕੇ ਤੁਸੀਂ ਐਥਲੈਟਿਕਸ ਵਾਲੇ ਪਾਸੇ ਆਏ ਕਿਸ ਤਰੀਕੇ ਤੁਸੀਂ ਲੋਕਾਂ ਨੂੰ ਮੋਟੀਵੇਟ ਕਰਨ ਲੱਗ ਪਏ ਫਿਟਨੈਸ ਨੂੰ ਲੈ ਕੇ ਮੈਂ ਕੱਟੋ-ਕੱਟ ਪੰਜਵੀਂ ਕਲਾਸ ਤੋਂ ਇਹ ਆਪਣੀ ਐਥਲੈਟਿਕ ਸ਼ੁਰੂ ਕੀਤੀ ਹੈ 5 ਜਨਵਰੀ 1956 ਜੇ ਮੇਰਾ ਜਨਮ ਹੋਇਆ तहसील बटाला डिस्ट्रिक्ट ਗਰਦਾਸਪੁਰ ਅਕਰਪੁਰਾ ਪਿੰਡ ਸ ਬਹੁਤ ਇਹਨੇ ਮੀਰ ਕਰਾਣਾ ਨਹੀਂ ਸੀਗਾ ਬਹੁਤ ਛੋਟਾ ਜਿਹਾ ਗਰੀਬ ਕਰਾਣਾ ਸੀਗਾ ਤੇ ਉਹਦੇ ਵਿੱਚੋਂ ਅਸੀਂ ਕਮ ਸਿਕਾ 10 12 ਕਿਲੋਮੀਟਰ ਸਕੂਲ ਮਿਰਜਾ ਜਾਨ ਤੁਰ ਕੇ ਜਾਂਦੇ ਸੀਗੇ ਕੋਈ ਅਸਲ ਸਾਧਨ ਨਹੀਂ ਸੀ 12 13 10 8 10 ਕਿਲੋਮੀਟਰ ਤੋਂ ਘੱਟ ਕੋਈ ਵੀ ਸਕੂਲ ਨਹੀਂ ਸੀ ਲੱਗੇ ਤੇ ਮੈਂ ਫੋਰ ਹੰਦਰ ਦਾ ਅੱਛਾ ਪਲੇਅਰ ਸੀ ਹਰ ਵਾਰੀ ਮੈਂ ਫਰਸਟ ਆ ਜਾਂਦਾ ਸੀ ਤੇ ਪ੍ਰਿੰਸੀਪਲ ਦੇ ਪੇਸ਼ ਹੁੰਦਾ ਸੀ ਪਰ ਅੱਗੇ ਜਾਣ ਦਾ ਕੋਈ ਚਾਂਸ ਨਹੀਂ ਸੀ ਹਰ ਵਾਰੀ ਫਰਸਟ ਆਣਾ ਟੀਚਰਾਂ ਕਰਨ ਤਨ ਅੱਗੇ ਭੇਜਿਆ ਜਾਏਗਾ ਭੇਜਿਆ ਪਰ ਨਹੀਂ ਭੇਜਿਆ ਗਿਆ ਕੋਈ ਐਦਾਂ ਦਾ ਸਾਧਨ ਹੀ ਨਹੀਂ ਸੀ ਕਿ ਜਿਹੜਾ ਬੈਕਵਰਡ ਪਿੰਡਾਂ ਵਿੱਚੋਂ ਉੱਠ ਕੇ ਕਿਸੇ ਨੂੰ ਅੱਗੇ ਲੈ ਜਾਵੇ ਮੈਨੂੰ ਮੋਟੀਵੇਟ ਕਰਨ ਵਾਲਾ ਫਿਰ ਹੌਸਤੇ ਹੌਸਤੇ ਮੈਂ ਅੰਡਰ ਮੈਟ੍ਰਿਕ ਕੀਤੀ ਮਿਰਜ਼ਾ ਜਾਨ ਸਕੂਲ ਤੋਂ ਅੰਡਰ ਮੈਟ੍ਰਿਕ ਵਿੱਚ ਵਿੱਚ ਮੈਂ ਸਿਲੈਕਸ਼ਨ ਕਰਕੇ ਆਰਮੀ ਵਿੱਚ ਫੌਦੇਗੜ ਚੂੜੀਆਂ ਤੋਂ ਪਰਤੀ ਹੋ ਕੇ ਅਮਰਸਰ ਚਲਾ ਗਿਆ ਅਮਰਸਰ ਉਹ ਮੇਰੀ ਰਾਮਗੜ੍ਹ ਬਿਹਾਰ ਪੀ ਆਰ ਸੀ ਪੰਜਾਬ ਰਾਮਗੜ੍ਹ ਸੈਂਟਰ ਕਹਿੰਦੇ ਉਹਨੂੰ ਬਿਹਾਰ ਉੱਥੇ ਮੇਰੀ ਸਿਲੈਕਸ਼ਨ ਹੋ ਕੇ ਚੱਲ ਗਿਆ ਉੱਥੇ ਮੈਂ ਬੁੱਢਲੀ ਜਿਹੜੀ ਟ੍ਰੇਨਿੰਗ ਬੇਸਿਕ ਟ੍ਰੇਨਿੰਗ ਉੱਥੋਂ ਕੀਤੀ ਆਰਮੀ ਵਿੱਚ ਫਿਰ ਮੈਂ ਸਾਰੀ ਸਰਵਿਸ ਕਰਦਾ ਰਿਹਾ ਤੇ ਸਪੋਰਟਸ ਵਿੱਚ ਹੀ ਰਿਹਾ ਡਿਵੀਜ਼ਨ ਕਮਾਂਡ ਸਰਵਿਸ ਮਤਲਬ ਬਹੁਤ ਜ਼ਿਆਦਾ ਪ੍ਰੈਕਟਿਸ ਕੀਤੀ ਪਰ ਉੱਥੇ ਸਾਨੂੰ ਆਰਮੀ ਵਿੱਚ ਇੰਨੇ ਅੱਛੇ ਕੋਚ ਨਹੀਂ ਸੀ ਮਿਲਦੇ ਕਿ ਜਿਹੜੇ ਸਾਨੂੰ ਅੱਗੇ ਲੈ ਜਾਣ ਹਰ ਸਾਬ ਜਾਣਾ ਫਿਰ ਵੀ ਕਦੀ ਡਿੱਗਣਾ ਕਦੇ ਆਣਾ ਕਿ ਡਿੱਗਣਾ ਕਈ ਵਾਰੀ ਬਹੁਤ ਜ਼ਿਆਦਾ ਸਟਰੋਂਗ ਮਿਹਨਤ ਕਰਨੀ ਪਰ ਮਿਹਨਤ ਤੋਂ ਬਾਅਦ ਵੀ ਰਹਿਣਾ ਫਿਰ 92 92 ਵਿੱਚੋਂ ਮੈਂ ਆਰਮੀ ਵਿੱਚੋਂ ਰਿਟਾਇਰਮੈਂਟ ਲੈ ਲਈ ਆਰਮੀ ਚ ਪੂਰੀ ਸਰਵਿਸ ਕਰਕੇ ਰਿਟਾਇਰਮੈਂਟ ਪੈਸ਼ਨ ਲੈ ਲਈ ਪੈਸ਼ਨ ਲੈ ਕੇ 92 ਤੇ ਡੀਜੀਪੀ ਪੰਜਾਬ ਪੁਲਿਸ ਦੇ ਡੀਜੀਪੀ ਮੈਥ ਸਿੰਘ ਪੁੱਲਰ ਸੀਗੇ ਉਹਨਾਂ ਨੂੰ ਮੈਂ ਮਿਲਿਆ ਤੇ ਉਹਨਾਂ ਸਪੋਰਟਸ ਬਾਰੇ ਆਪਣੇ ਸਾਰੇ ਰਿਕਾਰਡ ਦੱਸੇ ਉਹਨਾਂ ਨੇ ਮੈਨੂੰ ਅਚਾਨ ਉਸੇ ਵੇਲੇ ਸਪੋਰਟਸ ਵਿੱਚ ਮੇਰੀ ਕੋਈ ਫਿਜ਼ਿਕ ਮਿੰਤੀ ਨਹੀਂ ਕੀਤੀ ਮੇਰਾ ਸਰਟੀਫਿਕੇਟ ਦੇਖਿਆ ਉਹਨਾਂ ਸਪੋਰਟਸ ਦੇ ਤੇ ਮੈਨੂੰ ਸਪੋਰਟਸ ਵਿੱਚ ਰੱਖ ਲਿਆ ਇੱਥੇ ਮੈਂ 22 ਸਾਲ ਘਟੋ ਘਟ ਪੰਜਾਬ ਪੁਲਿਸ ਵਿੱਚ ਸਿਲੈਕਟਡ ਕਾਂਸਟੇਬਲ ਪਰਤੀ ਹੋਇਆ ਹੈਂਡ ਕਾਂਸਟੇਬਲ ਬਣਿਆ ਫਿਰ ਮੈਨੂੰ ਸਬ ਇੰਸਪੈਕਟਰ ਦਾ ਬਣਾਇਆ ਬਣਾਇਆ ਗਿਆ ਫਿਰ ਉੱਥੋਂ ਵੀ ਮੈਂ ਹੁਣ ਪੰਜਾਬ ਪੁਲਿਸ ਵਿੱਚੋਂ ਵੀ ਕਰ ਗਿਆ ਪਰ ਮੈਂ ਗੇਮ ਨਹੀਂ ਛੱਡੀ ਮੈਂ ਪੰਜਾਬ ਪੁਲਿਸ ਨੂੰ ਕਟੋ-ਕਟ ਬਹੁਤਾ ਨਹੀਂ ਤੇ 105 ਮਾਡਲ ਮੈਂ ਪੰਜਾਬ ਪੁਲਿਸ ਨੂੰ ਲੈ ਕੇ ਦਿੱਤੇ ਜਿਹਦੇ ਵਿੱਚੋਂ 70 ਮਾਡਲ ਮੈਂ ਆਰਮੀ ਨੂੰ ਲੈ ਕੇ ਦਿੱਤੇ ਆ ਜਿਹੜੇ ਕ ਅੱਜ ਇਸ ਵੇਲੇ ਮੇਰੇ ਕੋਲ ਮੌਜੂਦਾ ਮੌਜੂਦਾ ਹਨ ਫਿਰ ਮੈਂ ਬਿੰਗ ਸਪੋਰਟਸ ਵਿੱਚ ਮੇਰੇ ਬੱਚੇ ਪੜ੍ਹਦੇ ਸੀ ਮੇਰੀ ਬੇਟੀ ਲਾ ਦੀ ਐਮਏ ਕੀਤੀ ਆ ਬੇਟਾ ਮੇਰਾ ਪੰਜਾਬ ਪੁਲਿਸ ਦਾ ਕੋਚ ਆ ਇਸ ਵੇਲੇ ਇਸ ਵੇਲੇ ਵੀ ਮੌਜੂਦ ਆ ਫੇਰ ਮੈਂ ਕਰਦਾ ਕਰਦਾ ਆਪਣੀ ਮੇਰੀ ਅਕੈਡਮੀ ਸੀ ਅਕੈਡਮੀ ਵਿੱਚੋਂ ਮੈਨੂੰ ਇੰਨਾ ਸ਼ੌਕ ਹੋਇਆ ਕਿ ਮੇਰੇ ਜਦੋਂ 5-7 ਬੱਚੇ ਸਿਲੈਕਟ ਹੋਏ ਕਪਸਾ ਸਿਲੈਕਟ ਹੋਇਆ ਤੇ ਮੈਨੂੰ ਹੋਰ ਇੰਨਾ ਰਜ਼ਾਹ ਹੋ ਗਿਆ ਕਿ ਮੈਂ ਹੁਣ ਇਹ ਕੰਮ ਹੀ ਇਹੀ ਕਰਨਾ ਮੈਂ ਅਮਰੀਕਾ ਜਾਂਦਾ ਸੀ ਅਮਰੀਕਾ ਵੀ ਮੇਰੀ ਅਕੈਡਮੀ ਸੀ ਮੇਰੇ ਬੱਚੇ ਸੀਗੇ ਉੱਥੇ ਵੀ ਉਹਨਾਂ ਨੂੰ ਮੈਂ ਸਿੱਖਿਆ ਇਹੀ ਐਲ ਸਿੱਖਿਆ ਇਹੀ ਦਿੰਦਾ ਸੀ ਤੇ ਜਦੋਂ ਮੈਂ ਇੰਡੀਆ ਆ ਜਾਂਦਾ ਸੀਗਾ ਤੇ ਇੰਡੀਆ ਚ ਇੰਡੀਆ ਜਾਣ ਕੇ ਵੀ ਮੈਂ ਆਪਣੀ ਬਿੰਗ ਸਪੋਰਟਸ ਅਕੈਡਮੀ ਜਿਹੜੀ ਆਪਣੀ ਬਿੰਗ ਦੀ ਅਕੈਡਮੀ ਆ ਬਹੁਤ بڑے ਲਿਖੇ ਤੇ ਸੂਝਵਾਨ ਬਿੰਗ ਦੇ ਪ੍ਰਧਾਨ ਨੇ ਮਿੰਦਰ ਸਿੰਘ ਪ੍ਰਧਾਨ ਨਾਲ ਗਰਾਉਂਡ ਵੀ ਦਿੱਤੀ ਵੀ ਤੁਸੀਂ ਜੋ ਵੀ ਤੁਹਾਨੂੰ ਸਹੂਲਤ ਆ ਕੈਸ਼ ਵੱਲੋਂ ਵੀ ਮੈਨੂੰ ਹਰ ਚੀਜ਼ ਵੱਲੋਂ ਮੇਰੀ ਮਦਦ ਕਰਦੇ ਇੱਥੋਂ ਧਿੱਕਰ ਕੇ ਮੇਰੀ ਸਾਰੇ ਖਰਚੇ ਵੀ ਜਿਹੜੇ ਬ੍ਰਿੰਗ ਅਕੈਡਮੀ ਜਿਹੜੀ ਆ ਉਹ ਕਰਦੀ ਆ ਤੇ ਮੈਂ ਸਾਰੇ ਕਰਵਾ ਕੇ ਫਿਰ ਮੈਂ ਬੱਚਿਆਂ ਨੂੰ ਕਰਾਉਂਦਾ ਰਹਿਣਾ ਇਹਦੇ ਵਿੱਚੋਂ ਮੇਰੇ ਆਰਮੀ ਚ ਅਫਸਰ ਵੀ ਗਏ ਆ ਕੋਈ ਪੰਜਾਬ ਪੁਲਿਸ ਵਿੱਚ ਵੀ ਗਏ ਆ ਹਰ ਮਲ ਡਿਪਾਰਟਮੈਂਟ ਡਿਪਾਰਟਮੈਂਟ ਵਿੱਚ ਗਏ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਦੱਸੀਆਂ ਬਹੁਤ ਸਾਰਾ ਇੱਕ ਬਹੁਤ ਬ੍ਰਾਈਟ ਤੁਹਾਡਾ ਜਿਹੜਾ ਸਫਰ ਰਿਹਾ ਆ ਹੈਨਾ ਪਰ ਕਿਤੇ ਨਾ ਕਿਤੇ ਇੱਕ ਚੀਜ਼ ਲਾਜ਼ਮੀ ਹੈ ਲੋਕਾਂ ਨੂੰ ਵੀ ਦੱਸਣੀ ਲਾਜ਼ਮੀ ਹੈ ਕਿ 2011 ਏਸ਼ੀਆ ਕੱਪ ਦੇ ਵਿੱਚ ਤੁਸੀਂ ਕਾਫੀ ਨਾਮ ਰਚਨਾਇਆ ਨਾ ਸਿਰਫ ਭਾਰਤ ਦਾ ਪੰਜਾਬ ਦਾ ਜਲੰਧਰ ਦਾ ਸੋ ਉੱਥੇ ਆਪਣੇ ਕਿਹੜੀਆਂ ਕਿਹੜੀਆਂ ਪ੍ਰਾਪਤੀਆਂ ਸੀਗੀਆਂ ਕਿਹੜੇ-ਕਿਹੜੇ ਸਪੋਰਟਸ ਦੇ ਵਿੱਚ ਮੈਸ਼ੇਜ ਦੱਸਾਂਗਾ ਏਸ਼ੀਆ 2011 ਵਿੱਚ ਮੈਂ ਏਸ਼ੀਆ ਚైనా ਵਿੱਚ ਗਿਆ ਟਫ ਸੀਗਾ ਬਹੁਤ ਜ਼ਿਆਦਾ ਏਸ਼ੀਆ ਤੁਹਾਨੂੰ ਨੈਸ਼ਨਲ ਚੋਂ ਦੋ ਦੋ ਸਿਲੈਕਟ ਹੋ ਗਏ ਹਿੰਦੁਸਤਾਨ ਚੋਂ ਗਏ ਸੀ ਜਿੱਦੇ ਜਗੇ ਮੈਂ ਸੀ ਇੱਕ ਲੜਕਾ ਹੋਰ ਸੀਗਾ ਜਦੋਂ 4 ਅੰਡਰ 815 ਦੀ ਤਿੰਨਾਂ ਦੀ ਮੇਰੀ ਐਂਟਰੀ ਸੀਗੀ ਤੇ ਉੱਥੇ ਮੇਰਾ 15 ਚ ਨੰਬਰ ਨਹੀਂ ਲੱਗਾ 8 ਅੰਡਰ ਚ ਮੈਂ ਫਰਸਟ 골ਡ ਮੈਡਲ ਪ੍ਰਾਪਤ ਕੀਤਾ ਸੈਕੰਡ ਮੇਰਾ ਜਾਪਾਨ ਦਾ ਸੀ ਥਰਡ ਮੇਰਾ ਚైనా ਦਾ ਸੀ 400 ਮੀਟਰ ਵਿੱਚ ਮੈਨੇ ਮਾਰ ਖਾਦੀ ਮੇਰਾ ਸੈਕੰਡ ਪਿਆ ਪਰ ਉਸ 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 ਚੀਜ਼ 400 ਚ ਮਾਰ ਖਾਨ ਕਰਕੇ ਮੈਂ ਆਪਣਾ ਕੰਪੀਟੀਸ਼ਨ ਹਾਰਨ ਕਰਕੇ ਵੀ ਸੈਕੰਡ ਸਿਲਵਰ ਮੈਡਲ ਨਾਲ ਤਸੱਲੀ ਕੀਤੀ ਤੇ ਉਸ ਕੰਪੀਟੀਸ਼ਨ ਨੂੰ ਮੈਂ ਬਹੁਤ ਵੱਡਾ ਐਕਸੀਡੈਂਟ ਸਮਝਿਆ ਉਸ ਚੀਜ਼ ਨੂੰ ਮੈਂ ਬਹੁਤ ਵੱਡਾ ਐਕਸੀਡੈਂਟ ਸਮਝਿਆ ਉੱਥੋਂ ਜਦ ਬ੍ਰਾਊਨ ਮੈਡਲ ਇੰਡੀਆ ਦਾ ਆਇਆ ਤੇ ਮੈਂ ਆਪਣੀ ਉੱਥੋਂ ਏਸ਼ੀਆ ਤੋਂ ਲੈ ਕੇ ਜਦੋਂ ਇੰਡੀਆ ਆਇਆ ਤੇ ਮੈਂ ਲਗਾਤਾਰ ਰਾਤ ਦਿਨ ਇੰਨੀ ਮਿਹਨਤ ਕੀਤੀ ਕਿ ਮੈਂ ਹੁਣ ਵਰਲਡ ਵਿੱਚ ਜਾ ਕੇ ਤਿੰਨ ਮੈਂ ਗੋਲਡ ਮੈਡਲ ਹੀ ਹਾਸਲ ਕਰਨਾ ਮੈਂ ਸਿਲਵਰ ਮੈਡਲ ਨਹੀਂ ਲੈਣਾ ਫਿਰ ਮੈਨੇ ਗਰਾਊਂਡ 'ਚ ਪ੍ਰੈਕਟਸ ਕਰਦਿਆਂ ਕਰਦਿਆਂ ਮੇਰੀ ਇੱਥੋਂ ਤੀਕ ਨੌਬਤ ਹੋ ਗਈ ਕਿ ਪ੍ਰੈਕਟਸ ਕਰਦਿਆਂ ਵਰਲਡ ਦੀ ਕਿ ਇੱਕ ਦਿਨ ਮੈਂ ਡਿੱਗ ਪਿਆ ਐਕਸਪੋਰਟ ਹਸਪਤਾਲ ਵੀ ਗਿਆ ਐਕਸਪੋਰਟ ਵਾਲਿਆਂ ਨੇ ਡਾਕਟਰ ਨੇ ਕਿਹਾ ਕਿ ਇਹਨੂੰ ਹਾਰਟ ਐਕ ਹੈ ਹਾਰਟ ਐਕ ਹੈ ਇਹਦਾ ਜਿਹੜਾ ਜਾਂ ਸਟੈਂਡ ਪਾਣੇ ਚਾਹੀਦਾ ਜਾਂ ਇਲਾਜ ਕਰਾਣੇ ਚਾਹੀਦਾ ਕਿਸਮਤ ਮੇਰੀ ਅੱਛੀ ਕਿ ਇੰਗਲਿਸ਼ ਟਰਬੂਨ ਇੰਗਲਿਸ਼ ਟਰਬੂਨ ਨਿਕਲਦੀ ਹੈ ਚੰਡੀਗੜ੍ਹ ਤੋਂ ਉਸ ਟਰਬੂਨ ਦੇ ਵਿੱਚ ਡੇਲੀ ਮੇਰੀ ਫੋਟੋ ਪਹਿਲੇ ਪੇਜ ਤੇ ਉਹ ਦਿੰਦੇ ਸੀ ਤੇ ਸੱਤ ਪੈਰੇ ਮੇਰੇ ਇੰਗਲਿਸ਼ ਚ ਲਿਖਦੇ ਉਹ ਮੇਰੇ ਕੋਲ ਮੌਜੂਦਾ ਵੀ ਹੈ ਨੇ ਉਹ ਸੱਤ ਪੈਰੇ ਲਿਖਦੇ ਉਹ ਜਿਹੜਾ ਪੈਰਾ ਸੀ ਜਿਹੜਾ ਸਭ ਤੋਂ ਸੀਨੀਅਰ ਡਾਕਟਰ ਸੀਗਾ ਉਹ ਰੋਜ਼ਾਨਾ ਚੰਡੀਗੜ੍ਹ ਵਾਲਾ ਅਖਬਾਰ ਇੰਗਲਿਸ਼ ਹੀ ਪੜ੍ਹਦਾ ਸੀ ਉਹ ਜਦੋਂ ਸਾਰਾ ਟੈਸਟ ਕਰਕੇ ਉਹਦੇ ਕੋਲ ਮੈਨੂੰ ਭੇਜਿਆ ਗਿਆ ਤੇ ਉਹਨੇ ਕਰਦਿਆ 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 ਕਹਿੰਦੇ ਮੈਨੂੰ ਕਈ ਵਾਰੀ ਉਹਨੇ ਕੁਐਸਚਨ ਕੀਤਾ ਤੁਸੀਂ ਕੋਈ ਗੇਮ ਕਰਦੇ ਜਦੋਂ ਮੈਂ ਗੇਮ ਕਰਦਾ ਕਿਹਾ ਉਨੇ ਸਾਰੇ ਡਾਕਟਰ ਇਕੱਠੇ ਕਰ ਲਏ ਹੁੰਦਾ ਕੋਈ ਨਹੀਂ ਫਿਰ ਜਦੋਂ ਮੇਰੇ ਟੈਸਟ ਕਿਤੇ ਟੈਸਟ ਲਏ ਤੇ ਉਹਨਾਂ ਨੇ ਮੈਨੂੰ ਡਾਈਟ ਚਾਰਟ ਬਣਾ ਕੇ ਦਿੱਤਾ ਵੀ ਤੇਰੀ ਡਾਈਟ ਘੱਟ ਕਰਕੇ ਤੇਰਾ ਤੂੰ ਇੱਥੇ ਸਾਡੇ ਕੋਲ ਹਸਪੀਟਲ ਪਹੁੰਚਿਆ ਤੇਰੀ ਡਾਈਟ ਘੱਟ ਆ ਘਟੋ ਘਟ ਤੈਨੂੰ 500 ਰੁਪਏ ਦੀ ਡਾਈਟ ਰੋਜ਼ ਫੋੜ ਕਰਨੀ ਪਵੇਗੀ ਘਰ ਤੋਂ ਅਲਾਵਾ ਡਾਈਟ ਦੇ ਵਿੱਚ ਦੱਸਿਆ ਕੀ ਕੀ ਸੀਗਾ ਉਹਨਾਂ ਨੇ ਉਹਨਾਂ ਨੇ ਮੈਨੂੰ ਫਿਰ ਸਾਰਾ ਜੂਸ ਤੋਂ ਲੈ ਕੇ ਫਰੂਟ ਟਿੱਕਰ ਚਨੇ ਟਿੱਕਰ ਦੜੀਆ ਟਿੱਕਰ ਪੂਰੀ ਡਾਈਟ ਦੱਸਿਆ ਵੀ ਐਨੇ ਵਾਰੀ ਤੈਨੂੰ ਚਿਕਨ ਚਾਹੀਦਾ ਇੰਨੀ ਵਾਰੀ ਤੇ ਇੰਨੇ ਤੈਨੂੰ ਅੰਡੇ ਡੇਲੀ ਚਾਹੀਦੇ ਆ ਇੱਕ ਕੰਡਾ ਜਿਹੜਾ ਚਾਰਟ ਪ੍ਰੋਟੀਨ ਤੇਰੇ ਪੂਰਾ ਕਰ ਸਕਦਾ ਤੈਨੂੰ ਚਾ 5 6 ਅੰਡੇ ਡੇਲੀ ਖਾਣੇ ਪੈਣਗੇ ਫਿਰ ਮੈਂ ਉਹ ਡੈਡ ਉਹਨਾਂ ਦੀ ਸ਼ੁਰੂ ਕੀਤੀ ਜਲੰਧਰ ਦੇ ਬੜਿੰਗ ਪਿੰਡ ਦੇ ਵਿੱਚ ਇਸ ਵੇਲੇ ਰਹਿ ਰਹੇ ਹੋ ਤੁਸੀਂ ਬਹੁਤ ਵੱਡਾ ਇੱਥੇ ਦਾ ਬੜਿੰਗ ਜਿਹੜਾ ਸਪੋਰਟਸ ਸੈਂਟਰ ਤੁਸੀਂ ਚਲਾ ਰਹੇ ਹੋ ਪ੍ਰੋਪਰਲੀ ਜਿਮ ਚਲਾ ਰਹੇ ਹੋ ਬੜਿੰਗ ਦੇ ਨਾਲ ਨਾਤਾ ਕਿੱਦਾਂ ਜੁੜਿਆ ਤੇ ਇੱਕ ਚੀਜ਼ ਹੋ ਰਿਹਾ ਕਿ ਤੁਸੀਂ ਇੱਥੇ ਜਿੰਨੇ ਵੀ ਖਾਸ ਤੌਰ ਤੇ ਕਿੰਨੇ ਬੱਚੇ ਤੁਹਾਡੇ ਕੋਲ ਅਕੈਡਮੀ ਦੇ ਵਿੱਚ ਆਉਂਦੇ ਆ ਇੱਥੇ ਮਿੱਟੋ ਕਟੋ ਘਟ 100 ਬੱਚਾ ਹੈ ਇਸ ਵੇਲੇ 100 ਬੱਚਾ ਆਉਂਦਾ ਹੈ 100 ਬੱਚਿਆਂ ਦੇ ਵਿੱਚ ਉਹ ਰੇਸ਼ਿਓ ਕੀ ਹੈ ਕੁੜੀਆਂ ਵੀ ਆਉਂਦੀਆਂ ਨੇ ਮੁੰਡੇ ਵੀ ਆਉਂਦੇ ਨੇ ਕੁੜੀਆਂ ਵੀ ਮੁੰਡੇ ਹੁੰਦੇ ਸੋ ਤੁਹਾਨੂੰ ਦੱਸ ਦਿੰਨੇ ਆ ਕਿ ਇੱਕ ਬਹੁਤ ਖਾਸ ਚੀਜ਼ ਹੈ ਇੱਥੇ ਦੀ ਕਿ ਜਿਮ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਰੋਕ ਟੋਕ ਨਹੀਂ ਹੈ ਕੋਈ ਵੀ ਏਜ ਦਾ ਬੱਚਾ ਆ ਸਕਦਾ ਹੈ ਬੱਚੇ ਤੋਂ ਲੈ ਕੇ ਵੱਡੇ ਵਰਗ ਦੇ ਵੱਡੀ ਉਮਰ ਦੇ ਬੱਚੇ ਲੋਕ ਜਿਹੜੇ ਨੇ ਉਹ ਵੀ ਆ ਸਕਦੇ ਨੇ ਫੀਸ ਕੀ ਰੱਖੀ ਗਈ ਹੈ ਇੱਥੇ ਦੀ ਮੈਂ ਪ੍ਰੇਸ਼ਿਤ ਆਏ ਦਸਤਾਵੇਜ਼ਾਂ 'ਤੇ ਮੈਂ ਬੜਿੰਗ ਦਾ ਸਤਿਕਾਰ ਕਰਦਾ ਕਿ ਬੜਿੰਗ ਨੇ ਬਹੁਤ ਹੀ ਪੰਡਾ ਪੜੇ ਲਿਖੇ ਬੰਦੇ ਨੇ ਵਿੱਚ ਬਿੱਟਾ ਮਹਿੰਦਰ ਪ੍ਰਧਾਨ ਹੋਰ ਵੀ ਅਕੈਡਮੀ ਦੇ ਬਿੰਦਰਿਆ ਲਖਬੀਰ ਆ ਇਹਨਾਂ ਨੇ ਬਹੁਤ ਹੀ ਸਹਿਯੋਗ ਦਿੱਤਾ ਤੇ ਇਹਨਾਂ ਨੇ ਮੈਨੂੰ ਉਤਸ਼ਾਹ ਦਿੱਤਾ ਤੇ ਅੱਗੇ ਮੈਂ ਇਹ ਕੰਮ ਕੰਮ ਕਰਨਾ ਸ਼ੁਰੂ ਕੀਤਾ ਉਹਨਾਂ ਨੇ ਹਰ ਚੀਜ਼ ਤੇ ਮੈਨੂੰ ਉਹਨਾਂ ਵਰਕ ਵਿੱਚ ਇਹਨਾਂ ਨੂੰ ਕਰਵਾਉਣ ਵਾਸਤੇ ਕਿਹਾ ਤੇ ਮੈਂ ਉਸੇ ਹਿਸਾਬ ਨਾਲ ਹੀ ਇਹਨਾਂ ਉਹਨਾਂ ਨੇ ਇਹਨਾਂ ਦਾ ਸ਼ਾਹ ਦਿੱਤਾ ਕਿ ਤੁਸੀਂ ਅਕੈਡਮੀ ਵਿੱਚੋਂ ਨੈਸ਼ਨਲ ਵਾਸਤੇ ਪਲੇਅਰ ਕੱਢੋ ਆਰਮੀ ਵਿੱਚ ਅਫਸਰ ਭੇਜੋ ਹੋ ਡਿਪਾਰਟਮੈਂਟਾਂ ਸਾਰੇ ਭੇਜਣਾ ਚਾਹੀਦਾ ਤੁਹਾਡਾ ਰਿਕਾਰਡ ਅੱਛਾ ਹੋਣਾ ਚਾਹੀਦਾ ਤੇ ਤੁਹਾਨੂੰ ਜਿੰਨੀ ਸਹੂਲਤਾਂ ਅਸੀਂ ਵੱਧ ਤੋਂ ਵੱਧ ਅਸੀਂ ਦੇ ਸਕਦੇ ਜਿੰਮ ਵੀ ਉਹਨਾਂ ਨੇ ਮੈਨੂੰ ਫ੍ਰੀ ਦਿੱਤਾ ਹੈ ਜ਼ਿਕਰ ਇਹੋ ਗੱਲ ਹੈ ਕਿ ਹਾਲ ਹੀ ਦੇ ਵਿੱਚ ਪੰਜਾਬ ਪੁਲਿਸ ਨੇ ਆਪਣੀ ਭਰਤੀਆਂ ਅਨਾਉਂਸ ਕੀਤੀਆਂ ਨੇ ਤੇ ਲੋਕਾਂ ਨੂੰ ਦੱਸ ਦਿੰਦੇ ਆ ਕਿ ਜਿਹੜੇ ਲੋਕ ਇਸ ਚੀਜ਼ ਤੋਂ ਵਾਂਝੇਤ ਰਹਿ ਜਾਂਦੇ ਨੇ ਕਿ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਟ੍ਰੇਨਿੰਗ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਪੰਜਾਬ ਪੁਲਿਸ ਦੀ ਇੰਡੀਅਨ ਆਰਮੀ ਦੀ ਉਹ ਟ੍ਰੇਨਿੰਗ ਵੀ ਇੱਥੇ ਫੈਸਿਲਿਟੇਟ ਕੀਤੀ ਜਾਂਦੀ ਹੈ ਉਹ ਟ੍ਰੇਨਿੰਗ ਵੀ ਤੁਸੀਂ ਦਿੰਦੇ ਹੋ ਇੱਥੇ ਬੱਚਿਆਂ ਨੂੰ ਉਹਦੇ ਕੋਈ ਐਕਸਟਰਾ ਕਾਸਟ ਹੈ ਜਾਂ ਬਿਲਕੁਲ ਫ੍ਰੀ ਹੈ ਉਹ ਇਹ ਬਿਲਕੁਲ ਤੁਸੀਂ ਅੱਛੀ ਗੱਲ ਦੱਸੀ ਮੈਂ ਫੀਸ ਬਾਰੇ ਵੀ ਤੁਹਾਡਾ ਪੁਆਇੰਟ ਤੇ ਦੁਬਾਰਾ ਆ ਜਾਊਗਾ ਤੇ ਜਿਹੜੀ ਤੁਸੀਂ ਹੁਣ ਵੀ ਗੱਲ ਦੱਸੀ ਵੀ ਅਸੀਂ ਇਸੇ ਗੱਲੋਂ ਸਾਡੀਆਂ ਵੈਕੈਂਸੀਆਂ ਹਰਿਆਣਾ ਤੇ ਹੋਰ ਸਟੇਟਾਂ ਲੈ ਕੇ ਜਾਂਦੀਆਂ ਸਾਡੀ ਫਿਜ਼ੀਕਲ ਤੋਂ ਅਸੀਂ ਮਾਰ ਖਾ ਰਹੇ ਸਾਡੇ ਬੱਚੇ ਪੜ੍ਹਨ ਜ਼ਰੂਰ ਰਹੇ ਨੇ ਪੜ੍ਹ ਜ਼ਰੂਰ ਰਹੇ ਨੇ ਔਰ ਫਿਜ਼ੀਕਲ ਨਹੀਂ ਆ ਕਿਉਂ ਮੈਂ ਖੁਦ ਅਜੇ ਵੀ ਟੈਸਟ ਦੇ ਰਿਹਾ ਅਜੇ ਵੀ 100 ਬੱਚਾ ਸਵੇਰੇ ਮੈਨੂੰ ਥ੍ਰੈਡਿੰਗ ਚੈੱਕ ਕਰ ਰਿਹਾ ਕਿ ਮੈਂ ਪੂਰਾ ਕੰਪੀਟੀਸ਼ਨ ਦੇਣਾ ਤੇ ਪੰਜ ਸੱਤ ਬੱਚੇ ਮੇਰੇ ਨਾਲ ਅੱਗੇ ਹੁੰਦੇ ਬਾਕੀ ਸਾਰੇ ਪਿੱਛੇ ਹੁੰਦੇ ਡੇਲੀ ਇਹਨਾਂ 100 ਬੱਚੇ ਨੂੰ ਪੁੱਛ ਸਕਦੇ ਆ ਜਾਂ ਤੁਸੀਂ ਚੋਰੀ ਸ਼ਾਰਟ ਕਰ ਸਕਦੇ ਦੇਖ ਸਕਦੇ ਆਣ ਕੇ ਤੇ ਮੈਂ ਇਸੇ ਕਰਕੇ ਕਹਿੰਦਾ ਫਿਜ਼ੀਕਲ ਪਰ ਮੈਂ ਐ ਇਦਾਂ ਦਾ ਐਲੀਮੈਂਟ ਪੜਾ ਦਿੱਤਾ ਮੈਂ ਗਾਰੰਟੀ ਲਈ ਆ ਆਪਣੀ ਛੋਟੀ ਜੀ ਫੀਸ ਲੈ ਕੇ ਇਹਨਾਂ ਨੂੰ ਗਾਰੰਟੀ ਦਿੱਤੀ ਆ ਕਿ ਅਗਰ ਇਹ ਵੀ ਫੀਸ ਬੈਂਕ ਵਿਦੇ ਵਿਆਜ ਨਾਲ ਵਾਪਸ ਕੀਤੀ ਜਾਏਗੀ ਜੇ ਮੇਰਾ ਬੱਚਾ ਕੋਈ ਫੇਲ ਹੋ ਜਾਵੇ ਕਿੰ 700 ਰੁਪਏ ਫੀਸ 700 ਰੁਪਏ ਫੀਸ ਹੈ ਤੇ ਜਿਹੜੇ ਬੱਚੇ 13 ਸਾਲ ਦੇ ਨੇ 16 ਸਾਲ ਦੇ ਨੇ ਉਹਨਾਂ ਦੀ ਕੋਈ ਕੈਟਾਗਰੀ ਕੀਤੀ ਗਈ 400 ਰੁਪਏ ਉਹਨਾਂ ਦੀ 400 ਰੁਪਏ 400 ਰੁਪਏ ਤੇ 700 ਰੁਪਏ ਦੇ ਵਿੱਚ ਫੁੱਲ ਟ੍ਰੇਨਿੰਗ ਪ੍ਰੋਵਾਈਡ ਕੀਤੀ ਜਾਂਦੀ ਹੈ ਟ੍ਰੇਨਿੰਗ ਦੇ ਵਿੱਚ ਕੀ ਕੀ ਪ੍ਰੋਵਾਈਡ ਕਰਦੇ ਹੋ ਤੁਸੀਂ ਜਿੱਦਾਂ ਅਸੀਂ ਤਸਵੀਰਾਂ ਦੇ ਵਿੱਚ ਵੀ ਤੁਸੀਂ ਦੇਖਿਆ ਕਿ ਰੱਸਾ ਚੜ੍ਹਨਾ ਹੋਵੇ ਲੌਂਗ ਜੰਪ ਹੋਵੇ ਹਾਈ ਜੰਪ ਹੋਵੇ ਬੈਂਚ ਪ੍ਰੈਸ ਹੋਵੇ ਜਿਮ ਦੀ ਕੋਈ ਵੀ ਐਕਸਰਸਾਈਜ਼ ਹੋਵੇ ਉਸ ਤੋਂ ਇਲਾਵਾ ਹੋਰ ਕੀ ਕੀ ਚੀਜ਼ਾਂ ਮਤਲਬ ਕਿਸ ਤਰੀਕੇ ਦੇ ਨਾਲ ਤੁਸੀਂ ਆਪਣਾ ਸ਼ਡਿਊਲ ਜਿਹੜਾ ਸ਼ੁਰੂ ਕਰਵਾਉਂਦੇ ਹੋ ਬੱਚੇ ਮੈਂ ਬਿਲਕੁਲ ਤੁਹਾਡੇ ਪਹਿਲੇ ਪੁਆਇੰਟ ਤੇ ਵੀ ਆ ਜਾਣਾ ਮੈਂ ਕੌਨਸਟੇਬਲ ਤੋਂ ਅਫਸਰ ਟ੍ਰੇਨਿੰਗ ਦੇਣਾ ਇੱਥੇ ਮੈਂ ਹਰ ਚੀਜ਼ਾਂ ਰੱਖਿਆ ਲੌਂਗ ਜੰਪ ਹਾਈ ਜੰਪ ਰੱਸਾ ਬਰਿੰਚ ਪੈਸ ਮਤਲਬ ਹਰ ਜਿੰਨੇ ਆਲ ਇੰਡੀਆ ਕੌਨਸਟੇਬਲ ਤੋਂ ਲੱਗੇ ਅਫਸਰ ਤੱਕ ਟ੍ਰੇਨਿੰਗ ਵਾਸਤੇ ਚੀਜ਼ ਸਹੂਲਤਾਂ ਉਹ ਸਾਰੀ ਕੰਪਲੀਟ ਬਿੰਗ ਵੱਲੋਂ ਸਹੂਲਤਾਂ ਇੱਥੇ ਪੂਰੀਆਂ ਇੱਕ ਚੀਜ਼ ਇਹ ਵੀ ਦੱਸੀ ਜਾਵੇ ਸਰ ਕਿ ਲੋਕ ਜਿਹੜੇ ਨੇ ਉਹ ਕਿਤੇ ਨਾ ਕਿਤੇ ਇੱਕ ਕੰਪਲੇਂਟ ਕਰਦੇ ਆ ਕਿ ਅਸੀਂ ਮੁੰਡਿਆਂ ਨੂੰ ਕੁੜੀਆਂ ਵਾਲੇ ਜਿਮ ਦੇ ਵਿੱਚ ਜਾਂ ਕੁੜੀਆਂ ਨੂੰ ਮੁੰਡਿਆਂ ਵਾਲੇ ਜਿਮ ਦੇ ਵਿੱਚ ਨਹੀਂ ਭੇਜਣਾ ਤੇ ਇੱਥੇ ਤੁਸੀਂ ਉਹ ਜਿਹੜਾ ਬੈਰੀਗੇਟ ਆ ਉਹ ਤੁਸੀਂ ਖਤਮ ਕੀਤਾ ਹੋਇਆ ਹੈ ਬਹੁਤ ਅੱਛੀ ਚੀਜ਼ ਦੇਖਣ ਨੂੰ ਮਿਲੀ ਕਿ ਕੁੜੀਆਂ ਮੁੰਡਿਆਂ ਦੇ ਵਿੱਚ ਫਰਕ ਨਹੀਂ ਹੈਗਾ ਉਹ ਕੀ ਸੋਚ ਕੇ ਤੁਸੀਂ ਇਹ ਇਨੀਸ਼ੀਏਟਿਵ ਲਿੱਤਾ ਕਿ ਕੁੜੀਆਂ ਮੁੰਡੇ ਜੇ ਆਣਗੇ ਤੇ ਉਹ ਇਕੱਠੇ ਟ੍ਰੇਨਿੰਗ ਕਰਨਗੇ ਵੈਰੀ ਗੁੱਡ ਬਹੁਤ ਅੱਛਾ ਕੁਐਸਚਨ ਹੈ ਇਹਦੇ ਵਿੱਚ ਮੈਂ ਇਸ ਕੁਐਸਚਨ ਦੇ ਵਿੱਚ ਫਸ ਵੀ ਗਿਆ ਸੀ ਇੱਕ ਵਾਰੀ ਵੀ ਮੈਂ ਕੁੜੀਆਂ ਮੁੰਡਿਆਂ ਨੂੰ ਕਹਾਂ ਵੀ ਲੜਕੀ ਵੀ ਬੁਆਏ ਆ ਤੇ ਲੜਕਾ ਆਪਣੇ ਜਿਹੜਾ ਮੇਰੇ ਕੋ ਆਣਾ ਆਪਣੇ ਆਪ ਨੂੰ ਬੁਆਏ ਸਮਝੋ ਹੁਣ ਇਹ 100 ਬੱਚੇ ਸਾਰੇ ਤਰੀਪਨ ਪੈਰੀ ਹੱਥ ਲਾਉਂਦਾ ਲੜਕੀਆਂ ਵੀ ਪੈਰੀ ਹੱਥ ਲਾਉਣ ਲੱਗ ਗਏ ਆਰ ਮੈਂ ਉਹਨਾਂ ਨੂੰ ਕਿਹਾ ਕਿ ਸਾਡਾ ਕਲਚਰ ਜਿਹੜਾ ਹਿੰਦੁਸਤਾਨ ਦਾ ਵੀ ਲੜਕੀ ਜਿਹੜੀ ਪੈਰੀ ਹੱਥ ਨਹੀਂ ਲਾਉਂਦੀ ਪਰ ਉਹਨਾਂ ਨੇ ਕਿਹਾ ਮੈਂ ਆ ਵੀ ਕਿਉਂ ਤੁਸੀਂ ਇੱਕ ਪਾਸੇ ਸਾਨੂੰ ਬੋਏ ਕਹਿੰਦੇ ਆ ਸਾਨੂੰ ਕਿਉਂ ਨਹੀਂ ਫਿਰ ਮੈਂ ਨਿਕਲਿਆ ਠੀਕ ਹੈ ਜੇ ਤੁਸੀਂ ਕਹਿ ਰਹੀਆਂ ਜੇ ਤੇ ਮੈਂ ਪੈਰੀ ਹੱਥ ਲਾਉਣ ਤੋਂ ਫਿਰ ਮੈਂ ਕਦੇ ਮੰਨਾ ਨਹੀਂ ਕਰਦਾ ਉਹਨਾਂ ਨੂੰ ਫਿਰ ਜੇ ਲੜਕੀਆਂ ਵੀ ਉਹਨੇ ਮੇਰੇ ਕੋ ਕੋਈ ਐਮਟੈਕ ਕੀਤਾ ਕੋਈ ਬੀਟੈਕ ਕੀਤਾ ਕੋਈ ਬੀਏ ਆ ਕੋਈ ਐਮਏ ਆ ਤੁਸੀਂ ਕੁਆਲੀਫਿਕੇਸ਼ਨ ਸਾਰਿਆਂ ਦੀ ਦੇਖ ਲਈ ਹੈ ਔਰ ਅੱਛੇ ਅੱਛੇ ਅੱਛ ਉਹ ਮਤਲਬ ਹਰ ਮ ਜਿਹੜੇ ਪੜੇ ਲਿਖੇ ਆ ਮਤਲਬ ਮੇਰੇ ਜਿਮ ਨੂੰ ਜਿਹੜੇ ਪੜੇ ਲਿਖੇ ਆ ਇੰਟੈਲੀਜੈਂਸ ਜਿਨ੍ਹਾਂ ਦੇ ਪੇਰੈਂਟਸ ਵੀ ਚੰਗੇ ਪੜੇ ਲਿਖੇ ਆ ਨਾ ਉਹ ਹੀ ਉਹ ਹੀ ਟੈਂਡ ਕਰਦੇ ਆ ਕਿੰਨੀ ਵਾਰ ਇਹ ਦਿੱਕਤ ਆਉਂਦੀ ਆ ਤੁਹਾਨੂੰ ਕਿ ਕੋਈ ਪੇਰੈਂਟ ਆ ਕੇ ਜਾਂ ਕੋਈ ਬੱਚਾ ਆ ਕੇ ਤੁਹਾਨੂੰ ਇਹ ਕਹਿੰਦਾ ਹੋਵੇ ਕਿ ਸਰ ਮੈਂ ਕੁੜੀਆਂ ਕਰਕੇ ਜਾਂ ਮੁੰਡਿਆਂ ਕਰਕੇ ਜਿਮ ਨਹੀਂ ਕਰਨਾ ਚਾਹੁੰਦਾ ਜਾਂ ਮੇਰੇ ਟਾਈਮ ਬਦਲ ਦਿਓ ਮੈਂ ਇਹ ਗੱਲ ਤੁਹਾਡੇ ਪੁਆਇੰਟ ਬਹੁਤ ਅੱਛਾ ਸਰ ਅੱਜ ਤੱਕ ਮੇਰੇ ਇਦਾਂ ਦਾ ਲੜਕੀ ਤੇ ਲੜਕੇ ਦਾ ਕੋਈ ਐਸਾ ਕੋਈ ਵੀ ਫਾਲਟ ਨਹੀਂ ਆਇਆ ਪੂਰਾ ਬੜੰਗ ਹੈ ਉਥੋਂ ਤੁਸੀਂ ਇਨਕੁਆਰੀ ਕਰ ਸਕਦੇ ਜੇ ਕੋਈ ਦੇ ਵੀ ਕੋਈ ਲੜਕੀ ਲੜਕੇ ਬਿਲਕੁਲ ਬੈਠ ਕੇ ਲੜਕੀ ਤੇ ਲੜਕੇ ਸਾਡੇ ਬਿਲਕੁਲ ਐਕਸੈ ਇੱਠੀਆਂ ਕਰਦੇ ਆ ਮਤਲਬ ਇੱਥੋਂ ਦਿਖ ਰਿਹਾ ਹੈ ਕਿ ਤਿੰਨ ਚਾਤ ਤੇ ਸਿਸਟਰ ਬ੍ਰਦਰ ਐਂਡ ਬ੍ਰਦਰ ਦੋਨੇ ਦੋਨੇ ਇਕੱਠੇ ਸਾਡੇ ਕੋਲ ਇੱਥੇ ਕਰ ਰਿਹਾ ਕਿੰਨੇ ਬੱਚੇ ਬੜਿੰਗ ਅਕੈਡਮੀ ਤੋਂ ਅਜੇ ਤੱਕ ਪੁਲਿਸ ਦੇ ਵਿੱਚ ਜਾਂ ਮਿਲਟਰੀ ਦੇ ਵਿੱਚ ਭਰਤੀ ਹੋਏ ਨੇ ਮੇਰਾ ਖਿਆਲ ਹੈ ਕਿ ਕਟੋ-ਕਟ ਸਾਡੇ 80-90 ਬੱਚੇ ਜਿਹੜੇ ਆ ਆਰਮੀ 'ਚ ਆਰਮੀ ਅਫਸਰ ਆਰਮੀ 'ਚ ਪੰਜਾਬ ਪੁਲਿਸ ਵਿੱਚ ਉਹ ਉਹਦੇ ਤੋਂ ਬਗੈਰ ਮੈਨੇ ਲਿਸਟ ਵੀ ਬਣਾ ਕੇ ਰੱਖੀ ਆ ਉਹ ਸਾਹਮਣੇ ਉਹ ਨਾ ਲਿਖੇ ਜਿਹੜੇ ਬੱਚੇ ਸਿਲੈਕਟ ਹੋ ਜਾਂਦੇ ਹਨ ਨਾ ਪਿੱਛੇ ਮੈਂ ਆਪਣੇ ਜੇ ਆਪਾਂ ਗਿਣਤੀ ਤੇ ਆਈਏ ਤੇ ਗਿਣਤੀ ਕਿੰਨੀ ਹੈ ਇਹਦੀ ਮੇਰੇ ਘੱਟੋ ਘੱਟ 80 ਬੱਚੇ ਸਾਡੇ ਸਿਲੈਕਟ ਹੋ ਕੇ ਚਲ ਗਏ ਹੋ ਜਾਂਦੇ ਆ ਹਰ ਹਰ ਪਰਤੀ ਦੇ ਹਰ ਪਰਤੀ ਵਿੱਚ ਸਾਡੇ 8-10 ਬੱਚੇ ਨਿਕਲ ਜਾਂਦੇ ਬੱਚੇ ਲੋਕ ਕਿੱਥੋਂ ਕਿੱਥੋਂ ਦੀ ਵਿਜ਼ਿਟ ਕਰਦੇ ਆ ਤੁਹਾਡੇ ਕੋਲ ਕਿੱਥੋਂ ਕਿੱਥੋਂ ਟ੍ਰੇਨਿੰਗ ਲੈਣ ਆਉਂਦੇ ਆ ਰੈਗੂਲਰ ਬੇਸਿਸ ਦੇ ਕਿੱਥੋਂ ਕਿੱਥੋਂ ਆਉਂਦੇ ਆ ਮੇਰੇ ਕੋਲ ਤਾਂ 23 ਬੱਚੇ ਤੇ ਹਿਮਾਚਲ ਦੇ ਆ ਜਿਹੜੇ ਰੈਗੂਲਰਲੀ ਆਉਂਦੇ ਨੇ ਰੈਗੂਲਰ ਦਿੱਲੀ ਰੈਗੂਲਰ ਅੱਜ ਐਸਫੇਡ ਵੀ ਮੌਜੂਦਾ ਨੇ ਤੁਹਾਡੇ ਪਿਛਲੇ ਪਾਸੇ ਉਹ ਮਤਲਬ ਰੈਗੂਲਰਲੀ ਅਪ ਡਾਊਨ ਕਰਦੇ ਆ ਆ ਰੈਗੂਲਰ ਅਪ ਡਾਊਨ ਕਰਦੇ ਨਹੀਂ ਨਹੀਂ ਅਪ ਡਾਊਨ ਨਹੀਂ ਕਰਦੇ ਹੁਣ ਇੱਥੇ ਲੱਗੇ ਕੋਈ ਕਿਰਾਏ ਤੇ ਰਹਿ ਰਿਹਾ ਕਿਸੇ ਦਾ ਰੈਜ਼ਿਡੈਂਸ ਹੈ ਕਿਸੇ ਦਾ ਡੈਡੀ ਆਰਮੀ ਚ ਐ ਇਦਾਂ ਇਸਾਂ ਕਰਕੇ ਮੇਰੇ ਕੋਲ 23 ਬੱਚੇ ਜਿਹੜੇ ਹਿਮਾਚਲ ਦੇ ਜਾਂਦੇ ਆ ਤੇ ਹੋਰ ਕਿਹੜੇ ਆ ਪੰਜਾਬ ਦੇ ਵਕ ਵਕਤ ਪੰਜਾਬੋਂ ਵੀ ਆਉਂਦੇ ਕਿ ਸ਼ਹਿਾਰਪੁਰੋਂ ਆ ਰਹੇ ਬੱਚੇ ਕਪੂਰਥਲੋਂ ਆ ਰਿਹਾ ਕਪੂਰਥਲੋਂ ਲੜਕੀ ਬਲਕਿ ਦੂਰ ਦੂਰ ਤੋਂ ਸਾਰੇ ਬੱਚੇ ਸਾਡੇ ਕੋ ਆਉਂਦੇ ਸੋ ਇੱਕ ਬੜੇ ਖਾਸ ਚੀਜ਼ ਪਤਾ ਲੱਗੀ ਸੀ ਸਾਨੂੰ ਕਿ ਇੱਕ ਚੈਲੰਜ ਰੱਖਿਆ ਹੋਇਆ ਹੈ ਪੰਜਾਬ ਦੇ ਵਿੱਚ ਪੂਰੇ ਤੁਸੀਂ ਅਨਾਉਂਸ ਕੀਤਾ ਹੋਇਆ ਹੈ ਭਾਰਤ ਦੇ ਵਿੱਚ ਪੂਰਾ ਅਨਾਉਂਸ ਕੀਤਾ ਹੋਇਆ ਹੈ ਤੁਸੀਂ ਆਪਣੇ ਲੈਵਲ ਤੇ ਵੀ ਪਿੰਡ ਵਾਲਿਆਂ ਨੇ ਵੀ ਉਹ ਚੈਲੰਜ ਹੈ ਕੀ ਹੈ ਇਸ ਵਿੱਚ ਚਲ ਜੀ ਅੱਛੀ ਮੈਂ ਹਿੰਦੁਸਤਾਨ ਚ ਮੈਂ ਆਪਣੀ ਚਲੋ ਮੈਂ ਇਸ ਨੂੰ ਕੋਈ ਈਗੋ ਵਾਲੀ ਸਾਈਡ ਤੇ ਲੈ ਜਾ ਜਗਾ ਮੈਂ ਉਹ ਨਹੀਂ ਕਹਿ ਸਕਦਾ ਵੀ ਇਨਸਾਨ ਕੋਈ ਵੀ ਇਨਸਾਨ ਬੁੱਢਾ ਨਹੀਂ ਹੁੰਦਾ ਅਗਰ ਜੇ ਉਹ ਆਪਣੀ ਪ੍ਰੈਟ ਸਹੀ ਕਰਦਾ ਮੇਰਾ ਨਾਮ ਬ੍ਰਿੰਗ ਸਪੋਰਟਸ ਕਮੇਟੀ ਨੇ ਰੱਖਿਆ ਹੁਣ ਇਸ ਵੇਲੇ ਮੌਜੂਦਾ ਜਿਹੜਾ ਮਹਿੰਦਰ ਸਿੰਘ ਆ ਪ੍ਰਧਾਨ ਆ 8000 ਰੁਪਏ ਉਸਨੇ ਨਾਮ ਰੱਖਿਆ ਕਿ ਆਲ ਇੰਡੀਆ ਚ ਜੇ ਤੁਹਾਨੂੰ ਕੋਈ ਏਜ ਗਰੁੱਪ ਚ ਤੁਹਾਨੂੰ ਕੋਈ ਹਰਾ ਜਾਂਦਾ ਤੇ ਉਸ ਉਸ ਨੂੰ ਪਾਰਟਿਸਪੇਟ ਇੱਥੇ ਕਰੇਗਾ ਤਾਂ 8000 ਰੁਪਏ ਮੇਰੀ ਤਰਫੇ ਕੈਸ਼ ਵਾੜ ਦਿੱਤਾ ਜਾਏਗਾ ਉਸੇ ਵੇਲੇ ਉਸੇ ਉਸੇ ਵੇਲੇ ਇਕ ਕਾਸਿਜਾ ਹੁਣ ਇਹ ਵੀ ਦੱਸਿਆ ਜਾਵੇ ਲੋਕ ਜਿਹੜੇ ਨੇ ਉਹ ਇਹ ਕੰਪਲੇਂਟ ਕਰਦੇ ਨੇ ਅੱਜ ਦੀ ਜਨਰੇਸ਼ਨ ਨੂੰ ਲੈ ਕੇ ਖਾਸ ਤੌਰ ਤੇ ਅੱਧੀ ਜਨਰੇਸ਼ਨ ਐਸੀ ਹੈ ਜਿਹੜੀ ਆਪਣੀ ਫਿਟਨੈਸ ਨੂੰ ਲੈ ਕੇ ਬਹੁਤ ਜ਼ਿਆਦਾ ਮੋਟੀਵੇਟਿਡ ਰਹਿੰਦੀ ਹੈ ਬਹੁਤ ਜ਼ਿਆਦਾ ਅਵੇਅਰ ਰਹਿੰਦੀ ਹੈ ਕਿ ਅਸੀਂ ਆਪਣੇ ਆਪ ਨੂੰ ਫਿਟ ਕਿਦਾਂ ਰੱਖਣਾ ਹੈ ਆਪਣੀ ਡਾਈਟ ਤੇ ਧਿਆਨ ਦਿੰਦੇ ਐ ਐਕਸਰਸਾਈਜ਼ਿਸ ਤੇ ਧਿਆਨ ਦਿੰਦੇ ਤੇ ਅੱਧੀ ਜਿਹੜੀ ਜਨਰੇਸ਼ਨ ਐ ਉਹ ਅੱਜ ਕੱਲ ਐਸੀ ਹੈ ਜਿਹੜੀ ਫੋਨਸ ਦੇ ਵਿੱਚ ਜ਼ਿਆਦਾ ਇੰਡਰਜ ਹੋ ਜਾਂਦੀ ਹੈ ਜਾਂ ਘਰਾਂ ਦੇ ਵਿੱਚ ਬੈਠੀ ਰਹਿੰਦੀ ਹੈ ਜਾਂ ਆਪਣੀ ਸਿਹਤ ਵੱਲ ਜਿਹੜਾ ਬਿਲਕੁਲ ਵੀ ਧਿਆਨ ਨਹੀਂ ਦਿੰਦੇ ਉਹਨਾਂ ਨੂੰ ਤੁਸੀਂ ਕਿਸ ਤਰੀਕੇ ਨਾਲ ਜਸਟੀਫਾਈ ਕਰੋਗੇ ਜਾਂ ਕਿਸ ਤਰੀਕੀ ਕਹਿਣਾ ਚਾਹੋਗੇ ਕਿ ਕਿੱਦਾਂ ਆਪਣੀ ਫਿਟਨੈਸ ਵਾਲੇ ਪਾਸੇ ਜਿਹੜਾ ਉਹ ਧਿਆਨ ਦੇ। ਮੈਂ ਇਹੀ ਕਰਨਾ ਚਾਹਨਾ ਵੀ ਇਹ ਇਸੋ ਇੱਕ ਕੁਐਸਚਨ ਤੋਂ ਤੁਹਾਡੇ ਨਾਲ ਵੀ ਇਹਦਾ ਨਾਲ ਦੋ ਗੱਲਾਂ ਜੋੜ ਦੇਣਾ। ਵੀ ਅੱਜਕੱਲ ਦੀ ਇੱਕ ਤੇ ਮੋਬਾਈਲ ਫੋਨ ਦੀ ਜਿਹੜੀ ਗੇਮ ਹੈ ਸਭ ਤੋਂ ਪੈੜੀ ਬੁਹਾਰੀ ਹੈ। ਉਸ ਤੋਂ ਸਾਡਾ ਨਸ਼ਾ ਆ ਗਿਆ ਪੰਜਾਬ ਸਟੇਟ ਦਾ। ਨਾ ਹੋਇਆ ਤੇ ਨਾ ਹੋਣ ਵਾਲੀ ਗੱਲ ਆ। ਪਰ ਹੁਣ ਅਗਰ ਜੇ ਅਸੀਂ ਇਦਾਂ ਦੇ ਜਿੱਦਾਂ ਦੇ ਅਸੀਂ ਜੋੜੇ ਹੋਰ ਵੀ ਮੈਨ ਇਹਨਾਂ ਦੇ ਪ੍ਰਾਲੇ ਕਰਨ ਤੇ ਸ਼ਾਇਦ ਨਸ਼ਾ ਜਿਹੜਾ ਅਸੀਂ ਪੰਜਾਬ ਚ ਇਸ ਤਰੀਕੇ ਨਾਲ ਕੱਢ ਸਕਦੇ ਹੋਰ ਕੋਈ ਤਰੀਕਾ ਨਹੀਂ ਵੀ ਨਸ਼ੇ ਨੂੰ ਫੜ ਕੇ ਉਹਨੂੰ ਕੁੱਟਿਆ ਜਾਵੇ ਨਸ਼ੇ ਛਡਾਇਆ ਜਾਵੇ ਜਾਂ ਉਹਨੂੰ ਸੈਂਟਰਾਂ ਚ ਰੱਖਿਆ ਜਾਵੇ ਨਹੀਂ ਉਹ ਇਸ ਚੀਜ਼ ਜਾਣ ਕੇ ਇੱਕ ਦੂਜੇ ਨੂੰ ਵੇਖੇਗਾ ਕਿ ਮੈਂ ਲੌਂਗ ਜੰਪ ਲਾ ਰਿਹਾ ਜਾਂ ਮੈਂ ਹਾਈ ਜੰਪ ਕਰ ਰਿਹਾ ਜਾਂ ਮੈਂ ਰੱਸਾ ਚੜ੍ਹ ਰਿਹਾ ਜਿੱਦਾਂ ਮੈਂ ਆਪ ਤੁਹਾਨੂੰ ਸਵੇਰੇ ਡੈਮੋ ਦਿੱਤਾ ਵੀ ਅਗਰ ਮੈਂ ਰੱਸਾ ਚੜ੍ਹ ਰਿਹਾ ਤੇ ਦੂਸਰੇ ਵਾਲਿਆਂ ਨੂੰ ਉਹਨਾਂ 'ਚ ਭਾਵਨਾ ਆਉਂਦੀ ਉਹ ਕਿ ਅਗਰ ਕੋਚ 66 ਤੋਂ ਬਗੈਰ 2 ਫੁੱਟ ਤੇ 30 ਫੁੱਟ ਦਾ ਰੱਸਾ ਤੈਅ ਕਰ ਸਕਦਾ ਤੇ ਕੀ ਅਸੀਂ ਤੈਅ ਨਹੀਂ ਕਰ ਸਕਦੇ ਉਹ ਮੋਟੀਵੇ ਉਹ ਮਤਲਬ ਉਹਨਾਂ ਨੂੰ ਜੋਸ਼ ਜੋਸ਼ ਆਏਗਾ ਤੇ ਮੇਰਾ ਖਿਆਲ ਇਹੀ ਹੈ ਕਿ ਅਗਰ ਇਹਨਾਂ ਨੂੰ ਅਸੀਂ ਗੇਮ ਨੂੰ ਤਿਆਗਦੇ ਹਾਂ ਮੋਬਾਈਲ ਤੇ ਮੋਬਾਈਲ ਨੂੰ ਛੱਡੇ ਮੋਬਾਈਲ ਸਭ ਤੋਂ ਜੜੀ ਖਤਰਨਾਕ ਬਿਮਾਰੀ ਹੈ ਇੱਕ ਨਸ਼ੇ ਦੀ ਗੱਲ ਤੁਸੀਂ ਕੀਤੀ ਨਸ਼ੇ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਕਿ ਨਸ਼ਾ ਪੰਜਾਬ ਚ ਆ ਤੇ ਗਿਆ ਨਿਕਲ ਨਹੀਂ ਰਿਹਾ ਨਾਲੇ ਕਿਤੇ ਨਾ ਕਿਤੇ ਪੂਰੇ ਹਿੰਦੁਸਤਾਨ ਦੇ ਵਿੱਚ ਪੂਰੇ ਵਿਸ਼ਵ ਦੇ ਵਿੱਚ ਉੱਡਦਾ ਪੰਜਾਬ ਜਿਹੜਾ ਆ ਉਹ ਜ਼ਿਆਦਾ ਮਸ਼ਹੂਰ ਹੋ ਚੁੱਕਾ ਹੈ ਕਿੰਨੇ ਬੱਚੇ ਤੁਹਾਡੇ ਕੋਲ ਐਸੇ ਅਜ ਤੱਕ ਆਏ ਨੇ ਜਿਹੜੇ ਰੀਹੈਬ ਲਈ ਆਏ ਹੋ ਮੇਰੇ ਕੋ ਕਾਫੀ ਬੱਚੇ ਉਹਨਾਂ ਦੇ ਪਰਸ ਵੀ ਆਏ ਕਈ ਦਿਮਾਗੀ ਤੌਰ ਤੇ ਵੀ ਕਈ ਵੀ ਆ ਨਸ਼ਾ ਕਰ ਰਿਆ ਪਰ ਮੈਂ ਉਹਨੂੰ ਚੰਗਾ ਜਿਮ ਕਰਾਉਣ ਤੇ باوجود ਜਿਹੜੇ ਸਮਝਦਾਰ ਬੱਚੇ ਕਈ ਨਹੀਂ ਵੀ ਮੰਨਿਆ ਸੀ ਗੱਲ ਨਹੀਂ ਵੀ ਮੇਰੇ 100% ਬੱਚੇ ਮੰਨ ਗਏ ਉਹ ਚੋਂ 5-10 ਬੱਚਿਆਂ ਨੂੰ ਮੈਂ ਪੂਰਾ ਜ਼ੋਰ ਲਗਾ ਕੇ ਵਿਖਿਆ ਫਿਰ ਵੀ ਨਹੀਂ ਮੰਨੇ ਕੁਝ ਬੱਚੇ ਜਿਹੜੇ ਉਹਨੇ ਪੇਰਸ ਦੇ ਜਾਂ ਮੇਰੇ ਕਹਣ ਤੇ ਲੱਗ ਕੇ ਉਹਨਾਂ ਨੇ ਜਿੰਮ ਦਾ ਲਗਾਤਾਰ ਪ੍ਰੋਪਰ ਸ਼ੁਰੂ ਕੀਤਾ ਕ੍ਰਾਸ ਕੰਟਰੀ ਸ਼ੁਰੂ ਕੀਤੀ ਸਵੇਰੇ ਮੇਰੇ ਨਾਲ ਜਿਹੜਾ ਸੋਮਵਾਰ ਅਸੀਂ ਕ੍ਰਾਸ ਕੰਟਰੀ ਲਾਉਂਦੇ ਆ ਮੰਗਲਵਾਰ ਪੋਲ ਲਾਉਂਦੇ ਆ ਬੁੱਧਵਾਰ ਨੂੰ ਅਸੀਂ ਇਹ ਕਰਦੇ ਆ ਵੀਰਵਾਰ ਸਲੋ ਫਾਸਟ ਕਰਦੇ ਆ ਉਹ ਮੇਰੇ ਨਾਲ ਥੋੜਾ ਥੋੜਾ ਵੀ ਕਰਨਾ ਸ਼ੁਰੂ ਕੀਤਾ ਉਸ ਬੰਦੇ ਦਾ ਨਸ਼ਾ ਬਿਲਕੁਲ ਕਲੀਅਰ ਹੋ ਗਿਆ ਸੋ ਕਿੰਨੇ ਬੱਚੇ ਅੱਜ ਤੱਕ ਤੁਸੀਂ ਨਸ਼ੇ ਤੋਂ ਹਟਾ ਸਕ ਚੁੱਕੇ ਹੋ ਮੇਰੇ ਖਿਆਲ ਕੋ 25-3 ਬੱਚੇ ਹੋਣੇ ਜਿਹੜੇ ਨਸ਼ਿਆਂ ਤੋਂ ਮੁਕਤ ਕਰ ਦਿੱਤੇ ਮੁਕਤ ਕਰ ਦਿੱਤੇ ਹਾਂ ਜੀ ਆਖਰੀ ਤੌਰ ਦੇ ਉੱਤੇ ਉਹਨਾਂ ਲੋਕਾਂ ਨੂੰ ਕੀ ਕਹੋਗੇ ਜਿਹੜੇ ਕਹਿੰਦੇ ਨੇ ਕਿ ਸਾਡੀ ਏਜ ਬਹੁਤ ਹੋ ਗਈ ਹੈ ਅਸੀਂ ਹੁਣ ਸਾਹ ਚੜਦਾ ਆ ਜਾਂ ਫਿਰ ਸਾਨੂੰ ਮਲਟੀਪਲ ਪ੍ਰੋਬਲਮਸ ਹੋ ਗਈਆਂ ਨੇ ਜਾਂ ਉਹ ਬੱਚੇ ਜਿਹੜੇ ਕਹਿੰਦੇ ਸਾਨੂੰ ਸਮਾਂ ਨਹੀਂ ਮਿਲਦਾ ਸਾਡੇ ਕੋਲ ਇਨਾ ਟਾਈਮ ਨਹੀਂ ਹੁੰਦਾ ਕਿ ਅਸੀਂ ਪੜ੍ਹਾਈ ਤੋਂ ਇਲਾਵਾ ਹੋਰ ਕੁਝ ਕਰ ਸਕੀਏ ਉਹਨਾਂ ਲੋਕਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਕਿ ਕਿਸ ਤਰੀਕੇ ਆਪਣੇ ਫਿਟਨੈਸ ਨੂੰ ਜਿਹੜਾ ਉਹ ਮੇਨਟੇਨ ਰੱਖ ਸਕਦੇ ਨੇ ਮੈਂ ਸਟੂਡੈਂਟ ਨੂੰ ਵੀ ਤੇ ਬਜ਼ੁਰਗਾਂ ਨੂੰ ਵੀ ਜਿਹੜੇ ਉਮਰ ਦੇ ਜ਼ਿਆਦਾ ਮੈਂ ਸਾਰਿਆਂ ਵਾਸਤੇ ਇੱਕ ਕੁਐਸਚਨ ਦੱਸ ਦਿੰਦਾ ਵੀ ਹਰ ਕੋਈ ਟਾਈਮ ਹੈਗਾ ਕੋਈ ਜੇ ਅਗਰ ਸਕੂਲ ਦਾ ਬੱਚਾ ਪੜ੍ਹਦਾ 22 ਘੰਟੇ ਕੋਈ ਬੱਚਾ ਨਹੀਂ ਪੜ੍ਹ ਰਿਹਾ 2 ਘੰਟੇ ਵੀ ਅਗਰ ਚੰਗੀ ਤਰੀਕੇ ਨਾਲ ਪੜ੍ਹ ਜਾਏ ਤੇ ਬੱਚਾ ਪਾਸ ਹੋ ਜਾਂਦਾ ਮੈਂ ਇੱਕ 12 13 ਕਿਲੋਮੀਟਰ ਤੋਂ ਜਾ ਕੇ ਵੀ ਆਪਣੀ ਮੈਟ੍ਰਿਕ ਜਿਹੜੀ ਫਰਸਟ ਡਿਵੀਜ਼ਨ ਕੀਤੀ ਹੈ ਕਈ ਵਾਰੀ ਬੱਚੇ ਕਰਦੇ ਕਈ ਵਾਰ ਦਿਖਾਦੇ ਤੇ ਮੈਂ ਆ ਕੇ ਸਰਟੀਫਿਕੇਟ ਦਿਖਾਉਣਾ ਇਹਨਾਂ ਨੂੰ ਵੀ ਆਹ ਦੇਖ ਲਓ ਮੈਂ 12 ਕਿਲੋਮੀਟਰ ਚੱਲ ਕੇ ਵੀ ਫੱਟੀ ਵਾਲੇ ਸਕੂਲ 'ਚ ਜਦੋਂ ਕਿ ਕੋਈ ਸਹੂਲਤ ਨਹੀਂ ਸੀ ਆਪਣੀ ਬੋਰੀ ਔਰ ਸਾਰਾ ਕੁਝ ਲੈ ਕੇ ਜਾਂਦੇ ਸੀ ਤੇ ਉਹਦੇ 'ਚ ਵੀ ਮੈਂ ਫਰਸਟ ਵਿਜ਼ਨ ਲੈ ਸਕਦਾ ਤੇ ਤੁਸੀਂ ਨਹੀਂ ਤੁਹਾਨੂੰ ਕੋਤੇ 4 ਮਹੀਨੇ ਮੋਟਰਸਾਈਕਲ ਹੈ ਹਰ ਚੀਜ਼ ਹੈ ਤੇ ਮੈਂ ਤੇ ਇਹਨਾਂ ਨੂੰ ਇਹੀ ਰਿਕਵੈਸਟ ਕਰਦਾ ਭਈ ਅਗਰ ਇਹਨਾਂ ਚੀਜ਼ਾਂ 'ਚੋਂ ਨਿਕਲਣਾ ਤੇ ਇਹ ਥੋੜਾ ਜਿਹਾ ਪਣਾਉਣਾ ਉਮਰ ਦਾ ਕੋਈ ਦਾਦਾ ਜੀ ਦੀ ਉਮਰ ਜਿੰਨਾ ਚਿਰ ਮਰਜ਼ੀ ਕੱਢ ਸਕਦਾ ਮੇਰੀ ਮੇਰੀ ਮੰਮੀ 100 ਸਾਲ ਤੋਂ ਉੱਪਰ ਆ ਅਜੇ ਤੱਕ ਵੀ ਪੂਰੀ ਫਿੱ मतलब वो हले भी मेरी मदर अजय भी तो उदे वॉल भी वाइट सी ते ब्लैक वाले आ गए दोबारा दोबारा वॉल उदे बिल्कुल ऐसेले ਤੁਸੀਂ ਜਾ ਕੇ ਚੈੱਕ ਕਰ ਸਕਦੇ ਜੇ ਹੁਣ ਬਿਲਕੁਲ ਵਾਲ ਉਦੇ ਸਾਰੇ ਬਲੈਕ ਵਾਲੇ ਆ ਗਏ ਇੱਕ चीज जरूर ਪੁੱਛਾਂਗੇ ਅਸੀਂ ਤੁਹਾਨੂੰ ਕਿ 200 ਕਿਲੋ ਦੀ ਲੈਗ ਪ੍ਰੈਸ ਲਾਣਾ ਲਗਭਗ 70 80 ਕਿਲੋ ਦਾ ਬੈਂਚ ਪ੍ਰੈਸ ਲਾਉਣਾ ਇਹ ਸ਼ੌਂਕ ਕਿੱਦਾਂ ਜਾਗਿਆ ਕਿਉਂਕਿ ਇਹ ਸ਼ੌਂਕ ਜਿਹੜੇ ਨੇ ਮੋਸਟਲੀ ਨੌਜਵਾਨਾਂ ਦੇ ਵਿੱਚ ਮੁੰਡਿਆਂ ਦੇ ਵਿੱਚ ਦੇਖਣ ਨੂੰ ਮਿਲਦੇ ਆ ਜ਼ਿਆਦਾ ਤੇ ਤੁਹਾਡੇ ਜਿਮ ਦੇ ਵਿੱਚ ਇੱਕ ਚੀਜ਼ ਦੇਖਣ ਨੂੰ ਮਿਲੀ ਕਿ ਕੁੜੀਆਂ ਨੂੰ ਵੀ ਜਿਹੜਾ ਵੇਟ ਚੱਕਣ ਦਾ ਜਾਂ ਪ੍ਰੋਪਰਲੀ ਐਕਸਰਸਾਈਜ਼ ਕਰਨ ਦਾ ਬਹੁਤ ਜ਼ਿਆਦਾ ਸ਼ੌਂਕ ਹੈ ਇੱਥੇ ਮੈਂ ਇਸ ਪਾਸੇ ਕਿ ਸਾਡਾ ਮੈਂ ਆਪਣੇ ਪੂਰੇ ਹਿੰਦੁਸਤਾਨ ਦਾ ਹੀ ਲਾਊਗਾ ਕਿ ਹਿੰਦੁਸਤਾਨ ਮਾਰ ਇਸੇ ਗੱਲੋਂ ਖਾਂਦਾ ਬਾਅਦ ਦੇ ਦੇਸ਼ ਜਿਹੜੇ ਜਿਮ ਨੂੰ ਜ਼ਿਆਦਾ ਦਿੰਦੇ ਆ 100 ਮੀਟਰ ਤੋਂ ਲੈ ਕੇ 800 ਮੀਟਰ ਤੱਕ 2 ਕੁਇੰਟਲ ਤੋਂ ਹਰ ਬੰਦੇ ਦੀ ਲੈਗ ਪਾਵਰ ਹੋਣੀ ਚਾਹੀਦੀ ਆ ਉਹ ਫੇਰ ਹੀ ਜਿਹੜੀ 100 ਮੀਟਰ ਤੋਂ ਲੈ ਕੇ 8 ਅੰਡਰ ਤੱਕ ਨਿਕਾਲ ਸਕਦਾ ਸਾਡੇ ਅਸੀਂ ਰਨਿੰਗ ਵੱਲ ਜ਼ਿਆਦਾ ਜ਼ੋਰ ਦੇਨੇ ਮੈਂ ਰਨਿੰਗ 'ਚ ਜ਼ੋਰ ਨਹੀਂ ਦਿੰਦਾ ਮੇਰੇ ਬੱਚੇ ਕਿਤੇ ਵੀ ਇਵੈਂਟ ਹੁੰਦਾ ਫਰਸਟ ਸੈਕਿੰਡ ਥਰਡ ਪੂਰੇ ਪੰਜਾਬ 'ਚ ਜਿੱਥੇ ਵੀ ਜਾਂਦੇ ਨੇ ਫਰਸਟ ਸੈਕਿੰਡ ਪਹਿਲੇ ਤਿੰਨਾਂ ਤੋਂ ਬੈਸਟ ਆਫ 3 ਤੋਂ ਬਾਹਰ ਨਹੀਂ ਜਾਂਦੇ ਮੈਂ ਉਹਨਾਂ ਨੂੰ ਪ੍ਰਾਪਰ ਇੱਕ ਟਾਈਮ ਬੈਂਚ ਪ੍ਰੈਸ ਬੈਂਚ ਲਗਾ ਲੈਗ ਹਰ ਚੀਜ਼ ਦੀ ਕਰਵਾਉਣਾ ਉਸ ਤੋਂ ਬਾਅਦ ਸਵੇਰੇ ਮਾਰਨਿੰਗ ਮੈਂ ਰਨਿੰਗ ਕਰਾਉਣਾ ਸ਼ਾਮ ਨੂੰ ਮੈਂ ਜਿਮ ਕਰਾਉਣਾ ਸੋ ਜਿਹੜੇ ਬੱਚੇ ਤੁਹਾਡੇ ਕੋਲ ਆਉਂਦੇ ਨਹੀਂ ਆਉਣਾ ਚਾਹੁੰਦੇ ਨੇ ਇਸ ਇੰਟਰਵਿਊ ਨੂੰ ਦੇਖਣ ਤੋਂ ਬਾਅਦ ਹੁਣ ਉਹਨਾਂ ਨੂੰ ਤੁਸੀਂ ਕੀ ਸਲਾਹ ਦਿਓਗੇ ਕਿ ਕੀ ਚੀਜ਼ਾਂ ਛੱਡ ਕੇ ਤੇ ਕੀ ਚੀਜ਼ਾਂ ਦਿਮਾਗ 'ਚ ਲੈ ਕੇ ਆਉਣ ਮੈਂ ਬੱਚਿਆਂ ਨੂੰ ਉਹੀ ਕਹਿੰਦਾ ਆਂ ਕਿ ਮੈਂ ਕੁਰਸੀ ਵਾਲਾ ਕੋਚ ਨਹੀਂ ਆ ਮੇਰੇ ਬੱਚੇ ਤਾਂ ਹੀ ਛੇਤੀ ਫਿੱਟ ਹੁੰਦੇ ਆ ਮੇਰੇ ਕੋ ਆਉਣ ਆਉਣਾ ਜਿਹਨੇ ਬੱਚੇ ਨੇ ਆਉਣਾ ਤੇ ਬਿਲਕੁਲ ਆਪਣੀ ਸਹੀ ਸੋਚ ਕਰਕੇ ਆਵੇ ਕਿ ਮੈਨੇ ਪੜ੍ਹਾਈ ਕਰਨੀ ਆ ਤੇ ਐਥਲੈਟਿਕਸ ਕਰਨੀ ਆ ਕੋਈ ਐਸਾ ਇਵੈਂਟ ਨਹੀਂ ਹੈ ਜਿਹੜਾ ਕਿ ਇੰਡੀਆ ਨਹੀਂ ਲਗਾ ਅਗਰ ਮੈਂ ਇੰਡੀਆ ਲਿਖਾ ਸਕਦਾ ਤੇ ਇੰਡੀਆ ਹਰ ਇੱਕ ਲਿਖਾ ਸਕਦਾ ਹਰ ਇੱਕ ਮੇ ਪਾਵਰ ਹੈ ਉਹ ਜਦੋਂ ਕੋਚ ਨੂੰ ਦੇਖਦੇ ਵੀ 66 ਵਾਲਾ ਵੀ ਐਦਾਂ ਕਰ ਰਿਹਾ ਤੇ ਉਹ ਉਹਨੂੰ ਦੇਖ ਕੇ ਉਹਨੂੰ ਆ ਜਾਂਦਾ ਵੀ ਕੋਚ ਸਾਡੇ ਵਿੱਚ ਭਜ ਰਿਹਾ ਜਦੋਂ ਮੈਂ ਉਹਨੂੰ ਰਨਿੰਗ ਸਵੇਰੇ ਕਰਦਾ ਕ੍ਰਾਸ ਕੰਟਰੀ ਲਾਉਣਾ ਨਾਲ ਲਾਉਣਾ ਤੇ ਉਹ ਕਿਹੜਾ ਬੱਚਾ ਰਸੇ ਬੈਠੇਗਾ ਅਗਰ ਕਮਜ਼ੋਰ ਹੋਏਗਾ ਤਾ ਵੀ ਅੱਗੇ ਜਾਏਗਾ ਇਸ ਕਰਕੇ ਬੱਚੇ ਮੇਰੇ ਫਿੱਟ ਆ ਤੇ ਆਉਣ ਵਾਸਤੇ ਵੀ ਬੱਚੇ ਤਿਆਰ ਰਹਿੰਦੇ ਮੇਰੇ ਕੋਲ ਸੋ ਇਹ ਸੀਗੇ ਕੁਲਵੰਤ ਸਿੰਘ ਪੰਨੂ ਜਿਨ੍ਹਾਂ ਨੇ ਨਾ ਸਿਰਫ ਆਪਣੀ ਉਮਰਾਂ ਦੇ ਬੰਨ ਨੂੰ ਖਤਮ ਕੀਤਾ ਪਲਸ ਲੋਕਾਂ ਨੂੰ ਮੋਟੀਵੇਟ ਕਰ ਰਹੇ ਨੇ ਨਾ ਸਿਰਫ ਯੂਥ ਨੂੰ ਮੋਟੀਵੇਟ ਕਰ ਰਹੇ ਨੇ ਉਹਨਾਂ ਲੋਕਾਂ ਨੂੰ ਮੋਟੀਵੇਟ ਕਰ ਰਹੇ ਨੇ ਜਿਹੜੇ ਕਿਤੇ ਨਾ ਕਿਤੇ ਆਪਣੀ ਉਮਰ ਕਾਰਨ ਜਾਂ ਫਿਰ ਆਪਣੇ ਕਿਤੇ ਨਾ ਕਿਤੇ ਕਮਾਂਕਾਰਾਂ ਕਾਰਨ ਵਰਜਿਸ਼ ਕਰਨ ਤੋਂ ਜਾਂ ਆਪਣੀ ਫਿਟਨੈਸ ਤੋਂ ਕਤਰੌਂਦੇ ਨੇ ਦੂਸਰੇ ਪਾਸੇ ਨਾਲੋਂ ਨਾਲ ਉਹਨਾਂ ਬੱਚਿਆਂ ਨੂੰ ਪੂਰੀ ਤਰੀਕੇ ਦੀ ਫਿਟਨੈਸ ਜਿਹੜੀ ਟ੍ਰੇਨਿੰਗ ਹੈ ਉਹ ਵੀ ਪ੍ਰੋਵਾਈਡ ਕਰ ਰਹੇ ਨੇ ਉਸ ਦੀ ਭਰਤੀ ਦੇ ਲਈ ਮਿਲਟਰੀ ਦੇ ਭਰਤੀ ਤੇ ਲਈ ਤੇ ਨਾਲ ਨਾਲ ਲੋਕਾਂ ਨੂੰ ਇਨਸਪਾਇਰ ਵੀ ਕਰ ਰਹੇ ਨੇ ਜੇਕਰ ਤੁਹਾਡੇ ਕੋਲ ਜਾਂ ਤੁਹਾਡੇ ਆਲੇ ਦੁਆਲੇ ਕੋਈ ਐਸੀ ਇਨਸਪੀਰੇਸ਼ਨਲ ਜਾਂ ਮੋਟੀਵੇਸ਼ਨਲ ਸਟੋਰੀ ਹੈ ਤੇ ਦੇਨਿਕ ਸਵੇਰਾ ਟੀਵੀ ਨੂੰ ਦੱਸੋ ਅਸੀਂ ਉਸ ਸਟੋਰੀ ਨੂੰ ਕਵਰ ਕਰਾਂਗੇ ਤੇ ਤੁਹਾਨੂੰ ਇਹ ਸਟੋਰੀ ਕਿੱਦਾਂ ਦੀ ਲੱਗੀ ਸਾਡੇ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ ਕੈਮਰਾਮੈਨ ਗੁਲਸ਼ਦ ਤੇ ਪ੍ਰਭਜੋਤ ਦੇ ਨਾਲ ਮਨਰਾਜਦੀਪ ਚੱਠਾ ਜਲੰਧਰ ਦੇਖਦੇ ਰਹੋ ਦੇਨਿਕ ਸਵੇਰਾ ਟੀਵੀ ਅਲੀਸ਼ਾ ਬੇਗਮ ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ ਰੋਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਨ ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵਸ ਦੀ ਗੱਲ ਨਹੀਂ ਪਰੇਸ਼ਾਨੀ ਜਿਵੇਂ ਲਵ ਮੈਰਿਜ ਪਤੀ ਪਤਨੀ ਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਬੁਰੇ ਸੁਪਨੇ ਵਿਦੇਸ਼ ਯਾਤਰਾ ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ ਬਿਮਾਰੀ ਚ ਦਵਾ ਨਾ ਲੱਗਣਾ ਵਸ਼ੀਕਰਨ ਇੱਕ ਸੱਚਾਈ ਹੈ ਵਸ਼ੀਕਰਨ ਕਰਵਾਓ ਮਨ ਚਾਹਾ ਪਿਆਰ ਪਾਓ ਕੀ ਤੁਹਾਡੀ ਕਿਸਮਤ ਚ ਲੋਟਰੀ ਦਾ ਯੋਗ ਹੈ ਜਾਂ ਨਹੀਂ ਸੱਚਾਈ ਜਾਨੋ ਲੋਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੋਟੋ ਮੈਕਸ 11 ਕੈਂਟੇਜ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ ਅਸਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਾਰੰਟੀ ਜੇ ਕਹੜੇ ਤੋਂ ਬਾਹਰ ਹੈ ਤੁਰੰਤ ਸੰਪਰਕ ਕਰੋ ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ ਅਲੀਸ਼ਾ ਬੇਗਮ ਵਰਲਡ ਫੇਮਸ ਬਾਬਾ ਸਲੀਮ ਖਾਨ 21 ਵਾਰ 골ਡ ਮੈਡਲਿਸਟ ਸਾਰੀਆਂ ਥਾਮਾਂ ਤੋਂ ਨਿਰਾਸ਼ ਅਤੇ ਮਾਇੂਸ ਹੋਣ ਵਾਲੇ ਇੱਕ ਵਾਰ ਫੋਨ ਜ਼ਰੂਰ ਕਰੋ ਜਿਵੇਂ ਚਾਹੋਗੇ ਓਵੇਂ ਹੋਏਗਾ ਇਟਸ ਮਾਈ ਪ੍ਰੋਮਿਸ ਇਮੀਡੀਏਟਲੀ ਰਿਜ਼ਲਟ ਓਪਨ ਚੈਲੰਜ 일 ਮਾਧਿਯ ਮਾਹਿਰ A to Z ਸਮੱਸਿਆਵਾਂ ਦਾ ਫੋਨ ਤੇ ਘਰ ਬੈਠੇ ਕਰਵਾਓ ਹੱਲ ਵਸ਼ੇਕਰਨ ਅਤੇ ਮੁਟਕਰਨੀ ਲਵ ਮੈਰਿਜ ਸੋਤਨ ਅਤੇ ਦੁਸ਼ਮਨ ਤੋਂ ਛੁਟਕਾਰਾ ਪੱਕਾ ਕੰਮ ਪੱਕਾ ਹੱਲ 101% ਗਾਰੰਟੀ ਅਸ਼ਟਾਮ ਪੇਪਰ ਸਮੇਤ ਸਭ ਤੋਂ ਪਹਿਲਾ ਕੰਮ ਕਰਨ ਦਾ ਵਾਦਾ ਨੌਕਰੀ ਪ੍ਰਮੋਸ਼ਨ ਕਾਰੋਬਾਰ ਦੀ ਪਰੇਸ਼ਾਨੀ ਕੱਚ ਝਗੜਾ ਕੋਰਟ ਕੇਸ ਤਲਾਕ ਪ੍ਰੋਪਰ ਹੁਣੇ ਕਾਲ ਕਰੋ ਬਾਬਾ सलीम ਖਾਨ 9819937460